ਸਵਾਗਤ ਹੈ ਮੈਂ ਹਾਂ ਰੋਹਿਤ ਮਹਾਜਨ ਪੰਜਾਬ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਸਫਲਤਾ ਜਿਹੜੀ ਹੱਥ ਲੱਗੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਲਗਾਤਾਰ ਪੰਜਾਬ ਪੁਲਿਸ ਜਿਹੜਾ ਹੈ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਇਸੇ ਦੇ ਦੌਰਾਨ ਹੀ ਲਗਾਤਾਰ ਵੱਖ-ਵੱਖ ਜਗਾਵਾਂ ਦੇ ਜਿਹੜੇ ਨਾਕੇ ਲਗਾਏ ਜਾ ਰਹੇ ਨੇ ਔਰ ਜਿਹੜੀਆਂ ਵੱਡੀਆਂ ਰਿਕਵਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸੇ ਦੇ ਦੌਰਾਨ ਕੱਲ ਰਾਤ ਜਿਹੜਾ ਹੈ 72 ਕਿਲੋ ਹੈਰਨ ਮਾਮਲੇ ਦੇ ਵਿੱਚ ਵੌਂਟਡ ਇਹਨ ਨਸ਼ਾ ਤਸਕਰ ਜੋ ਕਿ ਵੱਡੀ ਖੇਪ ਜਿਹੜੀ ਇੱਕ ਬਰਾਮਦ ਹੋਈ ਸੀਗੀ ਮਹਾਰਾਸ਼ਟਰ ਪੁਲਿਸ ਤੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਔਰ ਇਸ ਦੇ ਦੌਰਾਨ ਜਿਹੜੀ ਇੱਕ ਵੱਡੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਗੁਰਦਾਸਪੁਰ ਦੇ ਸੀਆਈ ਸਟਾਫ ਦੇ ਇੰਚਾਰਜ ਔਰ ਇੱਕ ਜੰਬਾਜ ਪੁਲਿਸ ਆਫੀਸਰ ਕਪਿਲ ਕੌਸ਼ਲ ਜੀ ਜਿਨ੍ਹਾਂ ਦਾ ਪਿਛਲੇ ਕੁਝ ਸਮੇਂ ਦੇ ਦੌਰਾਨ ਇੱਕ ਵੱਡੀਆਂ ਰਿਕਵਰੀਆਂ ਵੀ ਜਿਨ੍ਹਾਂ ਵੱਲੋਂ ਸਾਹਮਣੇ ਆ ਰਹੀਆਂ ਨੇ ਸੋ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ ਔਰ ਉਹਨਾਂ ਕੋ ਜਾਣਦੇ ਹਾਂ ਜਿਹੜੀ ਇਹ ਵੱਡੀ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਹੋਰ ਕੇਸਾਂ 'ਚ ਇਹ ਵਾਂਟਡ ਸੀਗੇ ਔਰ ਕੀ ਜਿਹੜੀ ਬਰਾਮਦਗੀ ਇਹਨਾਂ ਕੋਲੋਂ ਹੋਈ ਹੈ ਜੀ ਸਰ ਸਭ ਤੋਂ ਪਹਿਲੇ ਸਵਾਗਤ ਹੈ ਦੈਨਿਕ ਸੋਰਾ ਟੀਵੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਜਿਹੜੇ ਇਹ ਕੱਲ ਸਰ ਵੱਡੀ ਇੱਕ ਰਿਕਵਰੀ ਹੋਈ ਹੈ ਤੁਹਾਨੂੰ ਜਿਹੜੀ ਸਫਲਤਾ ਜਿਹੜੀ ਵੱਡੀ ਮਿਲੀ ਹੈ ਇਸ ਦੇ ਵਿੱਚ ਇਹ ਜਿਹੜੇ ਦੋਸ਼ੀ ਨੇ ਕਿਹਨਾਂ ਕਿਹਨਾਂ ਦੇ ਵਿੱਚ ਇਹ ਸੀਗੇ ਵਾਂਟਡ ਸੀਗੇ ਔਰ ਇਹਨਾਂ ਕੋ ਕੀ ਹੋਰ ਜਿਹੜੀਆਂ ਬਰਾਮਦਗੀਆਂ ਹੋਈਆਂ ਇੱਕ ਕੱਲ ਸਾਨੂੰ ਗੁਪ ਸੂਚਨਾ ਦੇ ਆਧਾਰ ਤੇ ਪਤਾ ਲੱਗਾ ਸੀ ਤੇ ਜਦੋਂ ਨਕੇਬੰਦੀ ਦੇ ਦੌਰਾਨ ਆਪਾਂ ਗੁਰਵਿੰਦਰ ਸਿੰਘ ਮਹਿਕਾ ਇਹਦੇ ਉੱਤੇ ਕਾਫੀ ਮਕਦਮੇ ਦਰਜ ਨੇ ਇਹ ਇੱਕ 15 ਬੜਾ 22 ਮਕਦਮਾ ਐਟਆਈਐਸ ਦਾ ਔਰ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਦਿੱਲੀ ਬੰਬੇ ਬੰਦਰਗਾਹ ਦੇ ਉੱਤੇ ਮਕਦਮਾ ਦਰਜ ਹੋਇਆ ਸੀ ਉਹਦੇ ਵਿੱਚ 73 ਕਿਜੀ ਜਿਹੜੀ ਆ ਉਹ ਹਿਰੋਇਨ ਇੱਕ ਕੈਂਟਰ ਦੇ ਵਿੱਚੋਂ ਦਰਵਾਜੇ ਦੇ ਜਿਹੜੀਆਂ ਸ਼ੀਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੈਕ ਕੀਤੀ ਹੋਈ ਸੀ ਉਹ ਬਰਬਤ ਹੋਈ ਸੀ ਉਹਦੇ ਵਿੱਚ ਗੁਰਵਿੰਦਰ ਮਹਿਕ ਗੁਰसेवकਪਖੀਵੰਡ ਔਰ ਮਨਜੀਤ ਸਿੰਘ ਮਹਾਵਾ ਪਿੰਡ ਐ ਤੈਨੋਂ ਬਾਰਡਰ ਤੇ ਲੱਗਦੇ ਨੇ ਪਿੰਡ ਉੱਥੇ ਇਹਨਾਂ ਦੀਆਂ ਬਰਾਮਦੀਆਂ ਹੋਈਆਂ ਸੀ ਔਰ ਉਹਦੇ ਵਿੱਚ ਏਟੀਐਸ ਵਾਲੇ ਔਰ ਪੰਜਾਬ ਪੁਲਿਸ ਵਾਲੇ ਇਹਨਾਂ ਦੇ ਕਾਫੀ ਬਾਰ-ਬਾਰ ਰੇਡ ਕਰ ਰਹੇ ਸੀ ਇਹ ਕਾਬੂ ਨਹੀਂ ਸੀ ਜਾਂਦੇ ਔਰ ਕੱਲ ਸਾਨੂੰ ਬੜੀ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਅਸੀਂ ਇਹਨਾਂ ਨੂੰ ਦਰਾਨੇ ਨਾਕੇ ਤੇ ਫੜਿਆ ਪੁਛਕਿ ਪੁਛਕਿਸ਼ ਦੇ ਦਰਮਿਆਨ ਫਿਰ ਇਹਨਾਂ ਨੇ ਇਹ ਸਾਰੀ ਡਿਸਕਲੋਜ਼ ਕੀਤਾ ਇਹ ਬੜੇ ਕ੍ਰਿਮੀਨਲ ਬੰਦੇ ਨੇ ਜਿਨ੍ਹਾਂ ਨੂੰ ਹੁੰਦਾ ਕਿ ਬਸ ਇਹੀ ਦੋ ਨੰਬਰ ਦਾ ਹੀ ਜਿਹੜਾ ਕੰਮ ਆ ਉਹ ਕਰਨਾ ਵਾ ਜਿਹੜਾ ਮਹਿਕ ਹੈ ਇਹਦਾ ਗੁਰਵਿੰਦਰ ਸਿੰਘ ਮਹਿਕਾ ਪੰਡੋਰੀ ਦਾ ਇਹਦੇ ਚਾਚਿਆਂ ਤੇ ਮਾਮਿਆਂ ਦੇ ਮੁੰਡਿਆਂ ਤੇ ਜਿੰਨੇ ਵੀ ਇਹਨਾਂ ਦੇ ਕਾਫੀ ਫੈਮਿਲੀ ਮੈਂਬਰ ਹੈ ਜਿਨ੍ਹਾਂ ਤੇ ਪਾਕਿਸਤਾਨ ਤੋਂ ਲਿ来ਈਏ ਤਸਕਰੀ ਜਿਹੜਾ ਇੰਟਰਨੈਸ਼ਨਲ ਇਹਨੂੰ ਰੱਕੜ ਕਵਾਂਗੇ ਇਹ ਲਿਆ ਕੇ ਤੇ ਗਾਂਚ ਮਗਲਿੰਗ ਪੰਜਾਬ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਉਹਨੂੰ ਸਪਲਾਈ ਕਰਦੇ ਸੀ ਹੈ ਕਿ ਇਹਦਾ ਗੁਰਵਿੰਦਰ ਸਿੰਘ ਮਹਿਕਾ ਪੰਡੋਰੀ ਦਾ ਇਹਦੇ ਚਾਚਿਆਂ ਤੇ ਮਾਮਿਆਂ ਦੇ ਮੁੰਡਿਆਂ ਤੇ ਜਿੰਨੇ ਵੀ ਇਹਨਾਂ ਦੇ ਕਾਫੀ ਫੈਮਿਲੀ ਮੈਂਬਰ ਹੈ ਜਿਨ੍ਹਾਂ ਤੇ ਪਾਕਿਸਤਾਨ ਤੋਂ ਲਿਆਈਏ ਤਸਕਰੀ ਜਿਹੜਾ ਇੰਟਰਨੈਸ਼ਨਲ ਇਹਨੂੰ ਰਾਕਟ ਕਵਾਂਗੇ ਇਹ ਲਿਆ ਕੇ ਤੇ ਗਾਂਸ ਸਮਗਲਿੰਗ ਪੰਜਾਬ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਡਰ ਨੂੰ ਸਪਲਾਈ ਕਰਦੇ ਸੀ ਸੋ ਇਹ ਜਿਹੜੀ ਵੱਡੀ ਰਿਕਵਰੀ ਸਰ ਜਿਹੜੀ ਹੋਈ ਸੀਗੀ ਮੁੰਬਈ ਪੋਰਟ ਦੇ ਉੱਪਰ ਜਿਸ ਤਿਕਨਾ ਜਿਹੜੀ ਬਰਾਮਦਗੀ ਕੀਤੀ ਸੀ ਸਾਂਝੇ ਆਪਰੇਸ਼ਨ ਦੇ ਦੌਰਾਨ ਸੋ ਇਹ ਜਿਹੜੇ ਸਮਗਲਰ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਕਰ ਰਹੇ ਨੇ ਨਾ ਤੋਂ ਇਲਾਵਾ ਜਿਹੜੀ ਹੋਰ ਹੈ ਨਾ ਕੋਈ ਕੁਛਗੁਛ ਕੀ ਜਾਰੀ ਹੈ ਔਰ ਇਸ ਤੋਂ ਪਹਿਲੇ ਵੀ ਕਿਹੜਾ ਜਿਹੜਾ ਇਹਨਾਂ ਦਾ ਕੋਈ ਰਿਕਾਰਡ ਕਿਸ ਕਿਸੇ ਤਰੀਕੇ ਦਾ ਸਾਹਮਣੇ ਆਇਆ ਹੋਵੇ ਇਹਨਾਂ ਦਾ ਪਹਿਲੇ ਰਿਕਾਰਡ ਜਿਹੜਾ ਇੱਕ ਇਹਨਾਂ ਨੇ ਲੋਪੋਕੇ ਥਾਣੇ ਦੇ ਵਿੱਚ ਇਹਨਾਂ ਦਾ ਪਿੰਡ ਪਿੰਦਾ ਵਾ ਉਦੋਂ ਪੁਲਿਸ ਪਾਲਟੀ ਇਹਨਾਂ ਦੇ ਘਰ ਰੇਡ ਤੇ ਗਈ ਸੀ ਔਰ ਇਹਨਾਂ ਨੇ ਕਾਫੀ ਅੱਗੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਨਾਲ ਔਰ ਬਾਅਦ ਦੇ ਵਿੱਚ ਫਰਾਰ ਹੋ ਗਏ ਸੀ ਇਹ 303 ਨੰਬਰ ਮਕਦਮਾ ਥਾਣਾ ਲੋਪੋਕੇ ਦਾ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਜਿਹੜਾ ਮਹਿਕਰ ਦਾ ਛਾਲਾਵਾ ਉਹ ਵੰਟਡ ਨੇ ਔਰ ਜਿਹੜਾ ਇੱਕ ਇਹਨਾਂ ਦਾ ਏਟੀਐਸ ਵਾਲਾ ਇਹ ਤੇ ਤਿੰਨਾਂ ਦੇ ਵਿੱਚ 77 ਕਿਲੋ ਦੇ ਵਿੱਚ ਮੋਸਟ ਵਾਂਟਡ ਸੀ ਇਹ ਬਾਰ ਬਾਰ ਰੇਡ ਕਰਨ ਤੇ ਵੀ ਨਹੀਂ ਸੀ ਫੜੇ ਜਾਂਦੇ ਅ ਕੱਲ ਇਹਨਾਂ ਦੇ ਪਰਚਾ ਦਰਜ ਕਰਕੇ ਇਹਨਾਂ ਦੇ ਜੋ ਕਾਰਵਾਈ ਕੀਤੀ ਸੀ ਅੱਜ ਇਹਨੂੰ ਮਾਨਯੋਗ ਦਲਤ ਦੇ ਵਿੱਚ ਪੇਸ਼ ਕਰਕੇ ਗਾਂ ਪੁੱਛਗਿਸ਼ ਕਰਾਂਗੇ ਜਿਹੜੀ ਵੀ ਪੁੱਛਗਿਸ਼ ਸਾਡੇ ਸਾਹਮਣੇ ਆਂਦੀ ਹੈ ਉਹਦੇ ਤਹਿਤ ਆਪਜੀ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਸੋ ਇਹਨਾਂ ਤੇ ਜਿਹੜੇ ਸਬੰਧ ਨੇ ਗੈਂਗਸਟਰਾਂ ਦੇ ਨਾਲ ਵੀ ਕੁਝ ਸਾਹਮਣੇ ਆਏ ਨੇ ਕਿਸੇ ਪੁੱਛਗਿਸ਼ 2017 ਦੇ ਵਿੱਚ ਇੱਕ ਇਹਨਾਂ ਤੇ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਸੀ ਉਹਦੇ ਚਾਚੇ ਤੇ ਹੋਇਆ ਸੀ ਇਹ ਉਦੇ ਅੱਗੇ ਬਿਆਨਾਂ ਦੇ ਵਿੱਚ ਇਹਨੂੰ ਵੀ ਜਿਹੜਾ ਉਹ ਸ਼ਾਮਲ ਕੀਤਾ ਗਿਆ ਸੀ ਇਹ ਦਰਾਨੇ ਹੋਂ ਤੱਕ ਦੀ ਪੁੱਛੀ ਗਏ ਚ ਇਹਨੇ ਤੇ ਨਹੀਂ ਕੋਈ ਗੱਲ ਕੀਤੀ ਵੀ ਮੇਰੀ ਕਦੀ ਉਹਦੇ ਨਾਲ ਗੱਲਬਾਤ ਹੋਈ ਆ ਜਾਂ ਪਰ ਟੋਲੀ ਵਾਲ ਤੇ ਉਹਦਾ ਹੈਗਾ ਹੀ ਆ ਉਸ ਕੇਸ ਦੇ ਵਿੱਚ ਸੋ ਇਹ ਗੁਰਦਾਸਪੁਰ ਤੋਂ ਜਾਬਾਜ਼ ਪੁਲਿਸ ਆਫੀਸਰ ਕਪਿਲ ਕੌਸ਼ਲ ਜੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕੱਲ ਇਹਨਾਂ ਨੂੰ ਜਿਹੜੀ ਵੱਡੀ ਇੱਕ ਕਾਮਯਾਬੀ ਮਿਲੀ ਹੈ ਇਹ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਦੇ ਲਈ ਵੀ ਸਾਬਤ ਹੋ ਸਕਦੀ ਹੈ ਹਾਲੇ ਪੁਲਿਸ ਦਾ ਜਿਹੜਾ ਹੁਣ ਰਿਮਾਂਡ ਜਿਹੜਾ ਮਾਨਯੋਗ ਅਦਾਲਤ ਤੋਂ ਲਿਆ ਜਾਵੇਗਾ ਔਰ ਹੋਰ ਵੀ ਜਿਹੜੀ ਪੁਸ਼ਕਿਸ਼ ਹੈ ਅਗਲੀ ਜਿਹੜੀਆਂ ਉਹਨਾਂ ਤੋਂ ਕੀਤੀ ਜਾਵੇਗੀ ਕਿ ਕਿ ਹੋਰ ਇਹਨਾਂ ਦੇ ਕਿਸ ਤਰੀਕੇ ਦੇ ਸਬੰਧ ਨੇ ਜਿਹੜੀ ਨਸ਼ਾ ਤਸਕਰੀ ਦੇ ਵਿੱਚ ਉਹ ਗੱਲਾਂ ਹਲੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਕੈਮਰਾ ਪਰਸਨ ਮੌਇਦ ਦੇ ਨਾਲ ਰੋਹਿਤ ਮਹਾਜਨ ਦੈਨਿਕ ਸਵੇਰਾ ਟੀਵੀ ਲਈ ਗੁਰਦਾਸਪੁਰ